ਜਿਹੜਾ ਮੁੱਖ ਮੰਤਰੀ ਨੇ ਤਿੰਨ ਵਾਰੀ ਜਿਹੜਾ ਸਮਾਂ ਹੈ ਸਾਂਝੇ ਫਰੰਟ ਨੂੰ ਦਿੱਤਾ ਮੀਟਿੰਗ ਦਾ ਪੁੱਛੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਭਾਈ ਪੰਜਾਬ ਦੇ ਵਿੱਚ ਲਗਾਤਾਰ 5 ਸਾਲ 10 ਸਾਲ 15 ਸਾਲ ਕੱਚੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਤੁਰੰਤ ਪੱਕਿਆ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਡੀਏ ਦਾ ਏਰੀਅਰ ਦਿੱਤਾ ਜਾਵੇ ਪੇ ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇ ਡੀਏ ਦੀ ਕਿਸ ਦਿੱਤੀ ਜਾਵੇ ਇਹ ਮਸਲੇ ਜਿਹੜੇ ਆ ਹੱਲ ਮੰਗਦੇ ਆ ਤੁਹਾਨੂੰ ਆਏ ਆ ਇੱਥੇ ਜਿਮਨੀ ਚੋਣ ਹੋ ਰਹੀ ਹੈ ਪਾਰਲੀਮੈਂਟ ਦੀ ਔਰ ਇੱਥੇ ਦੇ ਵੋਟਰਾਂ ਦੇ ਕੋਲ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਮੰਤਰੀ ਆ ਸਰਕਾਰ ਨੇ ਆਉਣਾ ਆ ਤੁਸੀਂ ਉਹਨਾਂ ਨੂੰ ਪੁੱਛੋ ਬਈ ਜਿਹੜੇ ਤੁਸੀਂ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਆ ਕੀ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਤੁਸੀਂ ਕੀ ਕਰੋੜਾਂ ਰੁਪਈਆ ਇਸ਼ਤਿਹਾਰਬਾਜ਼ੀ ਚ ਲਾਤਾ ਇਸ਼ਤਿਹਾਰਬਾਜ਼ੀ ਚ ਲਾਤਾ ਪਰ ਲੋਕਾਂ ਨੂੰ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ ਆ ਸਾਡਾ ਜਿਹੜਾ ਕਾਫਲਾ ਆ ਇਹ ਦੱਸਣ ਆਇਆ ਆ ਬਈ ਇਹ ਸਰਕਾਰ ਨੂੰ ਜਿਹੜਾ ਆ ਤੁਹਾਡੇ ਕੋਲ ਆਉਣਾ ਆ ਜਿਮਨੀ ਚੋਣ ਦੇ ਵਾਸਤੇ ਤੁਸੀਂ ਕੱਲੇ ਕੱਲੇ ਨੂੰ ਇਹ ਗੱਲ ਪੁੱਛਣੀ ਹੈ ਬਈ ਤੁਸੀਂ ਗੱਡੀਆਂ ਲੈ ਕੇ ਇਸ਼ਤਿਹਾਰਬਾਜ਼ੀ ਕਰਕੇ ਤੁਹਾਡੇ ਕੋਲ ਵੋਟਾਂ ਬਟੋਰਨ ਲਈ ਆਵਾਂਗੇ ਪਰ ਇਹ ਜਿਹੜੀ ਪੜ੍ਹੀ ਲਿਖੀ ਕੌਮ ਹੈ ਜਿਹੜੇ ਮੁਲਾਜ਼ਮ ਔਰ ਪੈਨਸ਼ਨ ਇਸ ਗੱਲ ਨੂੰ ਸਮਝਦੇ ਹੈ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਇਹ ਮੁਲਾਜ਼ਮ ਪੈਨਸ਼ਨਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਸਭ ਝੂਠ ਦਾ ਪਲੰਦਾ ਆ ਸਰਕਾਰ ਐਕਚੁਅਲੀ ਲੋਕਾਂ ਦੇ ਨਾਲ ਜਿਹੜਾ ਬਲਫ ਕਰ ਰਹੀ ਹੈ ਇਸ ਲਈ ਅਸੀਂ ਇਹ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਹਾਂ ਬਈ ਇਹ ਝੂਠੇ ਲਾਰੇਬਾਜ਼ੀ ਨਹੀਂ ਚੱਲਣੀ ਕਿਉਂਕਿ ਇਸ ਫਰੰਟ ਵੱਲੋਂ ਲਗਾਤਾਰ ਲੜਾਈ ਲੜੀ ਗਈ ਹੈ ਔਰ ਲੜਾਈ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਨੇ ਤਿੰਨ ਵਾਰੀ ਜਿਹੜਾ ਸਮਾਂ ਹੈ ਸਾਂਝੇ ਫਰੰਟ ਨੂੰ ਦਿੱਤਾ ਮੀਟਿੰਗ ਦਾ ਤਿੰਨੇ ਵਾਰੀ ਭਗਵੰਤ ਮਾਨ ਨੇ ਮੀਟਿੰਗ ਨਹੀਂ ਕੀਤੀ ਔਰ ਪਹਿਲਾਂ ਇਹ ਗੱਲ ਕਹਿੰਦਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਬਈ ਕਿਸੇ ਨੂੰ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਕਿਸੇ ਨੂੰ ਲੜਾਈ ਚ ਨਹੀਂ ਆਉਣਾ ਪਏਗਾ ਮੈਂ ਤੁਹਾਡੇ ਮਸਲੇ ਵੈਸੇ ਹੀ ਹੱਲ ਕਰ ਦਿਆਂਗਾ ਪਰ ਅਸੀਂ ਲਗਾਤਾਰ ਸਾਂਝੇ ਫਰੰਟ ਵੱਲੋਂ ਮੰਗ ਪੱਤਰ ਭੇਜੇ ਗਏ ਪਰ ਇਹ ਸਰਕਾਰ ਨੇ ਗੱਲ ਕਰਨ ਤੋਂ ਇਨਕਾਰੀ ਕਰ ਦਿੱਤੀ ਹੈ ਔਰ ਤਿੰਨ ਵਾਰ ਟਾਈਮ ਦੇ ਕੇ ਇਹ ਗੱਲ ਕਰਨ ਤੋਂ ਇਨਕਾਰੀ ਕਰਦਾ ਹੈ ਇਸ ਲਈ ਤੁਹਾਡੇ ਕੋਲ ਇਹਨਾਂ ਨੇ ਆਉਣਾ ਇਸ ਗੱਲ ਇਹ ਸਵਾਲ ਪੁੱਛੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਬਈ ਪੰਜਾਬ ਦੇ ਵਿੱਚ ਲਗਾਤਾਰ 5 ਸਾਲ 10 ਸਾਲ 15 ਸਾਲ ਕੱਚੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਤੁਰੰਤ ਪੱਕਿਆ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਡੀਏ ਦਾ ਏਰੀਅਰ ਦਿੱਤਾ ਜਾਵੇ ਪੇ ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇ ਡੀਏ ਦੀ ਕਿਸ ਦਿੱਤੀ ਜਾਵੇ ਇਹ ਮਸਲੇ ਜਿਹੜੇ ਆ ਹੱਲ ਮੰਗਦੇ ਆ ਤੁਹਾਨੂੰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।